ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਹੈ ਕਿ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਸੋ ਹਾਂਜੀ, 2024 ਚੜ੍ਹ ਚੁੱਕਿਆ ਆ। ਸੋ ਵਾਹਿਗੁਰੂ ਸਾਰਿਆਂ 'ਤੇ ਮਿਹਰਬਾਨ ਦੇ ਹੱਥ ਰੱਖੇ ਅਤੇ ਇਹ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ, ਖੁਸ਼ੀਆਂ ਭਰਿਆ ਹੋਵੇ, ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਣ, ਜਿਹਨੂੰ ਵੀ ਜੋ ਚਾਹੀਦਾ ਮਿਲ ਜਾਵੇ। ਜੇ ਕਿਸੇ ਦਾ ਬਾਹਰ ਜਾਣ ਦਾ ਸੁਪਨਾ, ਬਾਹਰ ਜਾਣ ਦਾ ਸੁਪਨਾ ਪੂਰਾ ਹੋ ਜਾਵੇ। ਜੇ ਕਿਸੇ ਨੇ ਆਪਣਾ ਪੰਜਾਬ ਬਿਜ਼ਨਸ ਸਟਾਰਟ ਕਰਨਾ, ਉਹਨਾਂ ਦਾ ਵੀ ਉਹ ਸੁਪਨਾ ਪੂਰਾ ਹੋ ਜਾਵੇ। ਅਤੇ ਜਿਹੜੇ ਬੱਚੇ ਪੜ੍ਹ ਰਹੇ ਆ, ਵਧੀਆ ਵਧੀਆ ਨੰਬਰ ਲੈ ਕੇ ਪਾਸ ਹੋਣ, ਸਾਰਿਆਂ ਦੀਆਂ ਦੁਆਵਾਂ ਪੂਰੀਆਂ ਹੋਣ ਅਤੇ ਬਾਹਰ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਸਾਰਿਆਂ ਨੂੰ ਅਤੇ ਤੰਦਰੁਸਤੀ ਬਖਸ਼ੇ। ਸੋ ਅੱਜ ਅਤੇ ਅੱਜ ਸਾਡਾ ਸਾਰਿਆਂ ਦਾ ਦਿਲ ਕਰ ਰਿਹਾ ਕਿ ਕਿਉਂ ਨਾ ਪੂਰੀਆਂ ਛੋਲੇ ਖਾਧੇ ਜਾਣ। ਅਤੇ ਫਿਰ ਮੈਂ ਸੋਚਿਆ ਕਿ ਮੈਂ ਆਪਣੀ ਕਿਚਨ ਦੇ ਵਿੱਚ ਬਣਾਉਂਗੀ ਜੀ ਪੂਰੀਆਂ ਛੋਲੇ। ਸੋ ਮੈਂ ਸਵੇਰੇ ਘਰ ਗੱਲ ਕਰਦੀ ਸੀ ਅਤੇ ਆਉਂਦੇ ਸੀ ਧੁੱਪ ਨੂੰ ਤਰਸੇ ਪਏ, ਇੱਥੇ ਧੁੱਪ ਨਹੀਂ ਨਿਕਲਦੀ, ਇੱਥੋਂ ਲੈ ਜਾਓ ਧੁੱਪ, ਇੱਥੇ ਧੁੱਪ ਨੇ ਸਾਡੀ ਬੱਸ ਬੱਸ ਕਰਾਈ ਪਈ ਆ। ਮੈਂ ਚਨੇ ਭਿਉਂ ਦਿੱਤੇ ਸੀਗੇ, ਵੈਸੇ ਮੈਂ ਵਾਈਟ ਚਨੇ ਜ਼ਿਆਦਾਤਰ ਬਣਾਉਣੇ ਸੀ, ਪਰ ਸਾਡੇ ਘਰ ਥੋੜ੍ਹੇ ਜਿਹੇ ਵਾਈਟ ਚਨੇ ਘੱਟ ਪੈ ਗਏ, ਤਾਂ ਫਿਰ ਮੈਂ ਸੋਚਿਆ ਕਿ ਉਹਨਾਂ ਕਾਲੇ ਚਨੇ ਵਿੱਚ ਐਡ ਕਰ ਦਿੰਦੀ ਹਾਂ। ਮੈਂ ਹੁਣ ਉਬਲਣੇ ਰੱਖ ਦਿੰਦੀ ਹਾਂ, ਵੈਸੇ ਤਾਂ ਜੇ ਨਾ ਵੀ ਉਬਾਲਾਂ ਤਾਂ ਤਾਂ ਵੀ ਚੱਲ ਹੀ ਜਾਊਗਾ, ਕਿਉਂਕਿ ਇਹ ਆਲਮੋਸਟ ਹੋ ਹੀ ਪਏ ਆ ਫੁੱਲ ਗਈ ਆਵੇ, ਅਤੇ ਮੈਂ ਥੋੜ੍ਹਾ ਜਿਹਾ ਟਾਈਮ ਲਈ ਉਬਲਣੇ ਰੱਖ ਹੀ ਦਿੰਦੀ ਹਾਂ। ਇਸ ਤਰ੍ਹਾਂ ਦੇ ਨੀਰੇ 'ਚ ਰੱਖ ਦਿੰਦੇ ਹਾਂ, ਚੱਲ ਜਾ ਭੋਗੀ ਹੋ ਗਿਆ ਜੀ। ਥੋੜ੍ਹੇ ਕੁ ਵਿੱਚ ਕਾਲੇ ਚਨੇ ਪਾਏ ਹੋਏ ਮੈਂ, ਆਪਾਂ ਹੁਣ ਗੰਢੇ ਗੁੰਢੇ ਚੀਰ ਕੇ ਗ੍ਰੈਂਡ ਕਰ ਲਈਏ। ਅੱਗੇ ਜਦੋਂ ਨਵਾਂ ਸਾਲ ਚੜ੍ਹਨਾ ਤਾਂ ਅਸੀਂ ਸੋਚਦੇ ਹਾਂ ਕਿ ਜਿਹੜਾ ਨਵੇਂ ਸਾਲ ਵਾਲੇ ਦਿਨ ਕੰਮ ਕਰਾਂਗੇ ਉਹ ਸਾਰਾ ਸਾਲ ਕਰਦੇ ਰਹਾਂਗੇ। ਸਪੈਸ਼ਲ ਇਵੇਂ ਕਿ ਹਾਂ ਵੇਖੋ ਭਾਈ, ਅੱਗੇ ਐਵੇਂ ਹੋਣਾ ਕਿ ਸਾਨੂੰ ਛੁੱਟੀਆਂ ਹੁੰਦੀਆਂ ਨਹੀਂ 7 ਅਤੇ 1 ਤਰੀਕ ਨੂੰ ਸਕੂਲ ਲੱਗਦਾ ਹੁੰਦਾ ਸੀ ਸਾਡਾ, ਅਤੇ ਜੇ ਅਸੀਂ 1 ਤਰੀਕ ਨੂੰ ਜਾਣਾ ਤਾਂ ਮੈਂ ਕਹਿਣਾ ਕਿ ਹਾਏ ਜੀ 1 ਤਰੀਕ ਨੂੰ ਨਾ ਗਏ ਸਕੂਲ, ਤਾਂ ਸਾਰਾ ਸਾਲ ਨਹੀਂ ਸਕੂਲ, ਸਾਰਾ ਸਾਲ ਸਕੂਲ ਜਾਣ ਨੂੰ ਦਿਲ ਨਹੀਂ ਕਰਨਾ। ਅਤੇ 1 ਤਰੀਕ ਨੂੰ ਜੇ ਦਿਨਾਂ ਜਾਂਦੇ ਹੁੰਦੇ ਅਸੀਂ ਸਕੂਲ, ਅਤੇ ਬੜਾ ਵੈਸੇ ਹਮੇਸ਼ਾ ਆਪਾਂ ਨੂੰ ਐਵੇਂ ਹੁੰਦਾ ਵਾ ਕਿ ਜਿਹੜਾ ਟਾਈਮ ਲੰਘ ਜਾਂਦਾ ਨਾ ਆਪਾਂ ਨੂੰ ਜ਼ਿਆਦਾ ਬੈਸਟ ਉਹ ਲੱਗਦਾ ਹੁੰਦਾ ਵਾ, ਚਾਹੇ ਆਪਾਂ ਉਹਦੇ 'ਚ ਕਿੰਨੇ ਹੀ ਔਖੇ ਕਿਉਂ ਨਾ ਹੋਏ ਹੋਈਏ, ਸਿੱਖ ਲਈਦਾ ਸਾਰਾ ਕੁਛ, ਮਤਲਬ ਕਿ ਹੁਣ ਜਦ ਰਹਿਣ ਦੀਆਂ ਬੰਦੇ ਕੋਲ ਮੈਂ ਲੱਗੇ ਚੱਲਦਾ ਵਾ, ਕਿੰਨਾ ਹੀ ਸਾਲ ਕੱਢ ਗਏ ਨਾ। ਮੈਂ ਬੰਦ ਕਰਤੇ ਆ ਜੀ, ਟੂਟੀ ਬੰਦ ਕਰਤੇ, ਹਾਂ ਓਕੇ। ਮੈਂ ਕਿਹਾ ਮੈਂ ਤੜਕਾ ਤੜਕਾ ਲਾ ਲਵਾਂ, ਉਹਨੇ ਟਾਈਮ ਨੂੰ ਗੋਰੂ ਹੋਣਾ ਨੇ ਆ ਜਾਣਾ ਵਾ, ਫਿਰ ਆਪਾਂ ਪੂਰੀਆਂ ਕੱਢ ਲਾਂਗੇ। ਆਓ ਮੈਨੂੰ ਰਾਤ ਹੀ ਦੇ, ਇੱਕੋ ਮੈਂ ਟੀ ਵੀ ਲਾਉਂਦੀ ਮੰਮੀ, ਪਤਲਾ ਕੰਢੇ ਬੜੇ ਕੌੜੇ। ਟਮਾਟਰ ਪਾ ਲੈਂਦੇ ਵਿੱਚ, ਮੰਮੀ ਨੇ ਟੀਵੀ ਲਾ ਦਿੱਤਾ ਵਾ ਪਿੱਛੇ, ਸੋ ਮੈਂ ਤਾਂ ਇਹਦੇ ਵਿੱਚ ਗ੍ਰੈਂਡ ਕਰਕੇ ਇਹਦੇ 'ਚ ਪਾ ਕੇ ਨਾ ਸਾਰਾ ਕੁਛ ਗ੍ਰੈਂਡ ਕਰ ਲੈਂਦੀ। ਮੈਸੇਜ ਕੌਣ ਕਰ ਰਿਹਾ ਵਾ, ਮੈਸੇਜ ਦੇਖ ਲਈ। ਸੋ ਮੈਂ ਇਹਦੇ ਵਿੱਚ ਪਾ ਕੇ ਨਾ ਇਸ ਮਸ਼ੀਨ ਦੇ ਨਾਲ ਗ੍ਰੈਂਡ ਕਰ ਲਈ, ਇਹਦੇ ਲੱਸੀ ਬਣਾਉਣ ਵਾਲੀ ਮਸ਼ੀਨ ਆ, ਅਤੇ ਮੈਨੂੰ ਆਸਾਨ ਲੱਗਦਾ ਇਹਦੇ ਨਾਲ ਉਹ ਕਰਨਾ। ਮੈਂ ਪਹਿਲਾਂ ਟਮਾਟਰ ਅਤੇ ਮਿਰਚਾਂ ਧੋ ਲਈਆਂ ਸੀਗੀਆਂ, ਅਤੇ ਇਹਦੇ ਵਿੱਚ ਪਾ ਕੇ ਆਪਾਂ ਸਾਰਾ ਕੁਛ ਗ੍ਰੈਂਡ ਕਰ ਲਾਂਗੇ। ਪਹਿਲਾਂ ਥੋੜ੍ਹੇ ਕੁ ਪਾ ਲੈਂਦੀ ਹਾਂ ਨਾ, ਵੈਸੇ ਤਾਂ ਪਾਉਣ ਨੂੰ ਮੈਂ ਹੁਣ ਸਾਰੇ ਹੀ ਪਾ ਸਕਦੀ ਸੀਗੀ, ਪਰ ਮੈਂ ਕਿਹਾ ਵੀ ਥੋੜ੍ਹਾ ਥੋੜ੍ਹਾ ਕਰਕੇ ਨਾ ਉਹ ਗ੍ਰੈਂਡ ਕਰ ਲੈਂਦੇ ਹਾਂ, ਅਤੇ ਇਹਦੇ ਵਿੱਚ ਆਪਾਂ ਲਾ ਲੈਂਦੇ ਹਾਂ ਇੱਦਾਂ ਕਰਕੇ। ਸੋ ਲੈਟਸ ਸਟਾਰਟ। ਬਹੁਤ ਵਧੀਆ ਗ੍ਰੈਂਡ ਹੋ ਜਾਂਦਾ ਵਾ, ਬਿਲਕੁਲ ਐਂ ਮਤਲਬ ਪਲੇਨ ਸਾਰਾ ਕੁਛ ਮਿਕਸ ਹੋ ਜਾਂਦਾ ਵਾ, ਅਤੇ ਤਰੀ ਸੰਘਣੀ ਬਣਦੀ। ਅੰਡੇ ਬੜੇ ਕੌੜੇ ਜੇ,
मम्मी कहते मैं आटा गुन दिनी हाँ तो सब्जी ने तड़का ला ला तो इन्नी ना अपना जल्दी काम हो जूगा। तो मैं आटे के पूड़ियाँ बना लिया, मैं कुछ खास नहीं पाया, मैं जस्ट मम्मी ने कहा नॉर्मल आटा ही गुन दो, तो थोड़ा मोटा पेड़ा रख लवेंगे तो वह पूड़ियाँ वधिया बन जाएगियाँ। सो मम्मी नहीं नहीं मम्मी ठीक ठाक जो गुन्नियो आटा, तो मम्मी आटा गुन रहे हैं तो अपना तेल पा दिता वा कुकर च, बस हम आप तड़का लाने तो बस हम आप सब्जी धर देनी है। तो अज आप चटनी भी बनानी है, एक चटनी एक अगे पुदीने की चटनी भी खाधी असी ना, गंढिया की चटनी तुम खाधी है ना, मैं बहुत खाती रही गंढिया की चटनी। सो मैं असं जो भी पूड़ियाँ छोले बनाई असं बनाने होंने ज कोई भी सब्जी बनाई असं बनाने होंने, तो सो मैं सोचा कि अज फिर बनाई जाए तो थोड़े ना भी शेयर कर दे। सेम ही आ कोई खास नहीं वे है गा, आप बनाने तो ना आप बनाने वो ही बनावा जिमें जिमें आह किया ना सेम इदा ही चटनी बन जानी गंढा पा के पा के सारा कुछ। तो पहले आप सब्जी तड़का ला लीए, बस हम थोड़ा जहा बिच पानी मिलाने थोड़ा जहा धनिया हरिया मिर्चा दो, गर्मी बड़ी है एसी फुल चलन दिया जी, तो हरिया धनिया पावे बिच आप रल गंदा हलिया मिर्चा। सो चटनी बना के वो बनाने जिमें मैं मसाला पेस्ट किया तो आप चटनी बना लेनी है सेम, तो बाद कढ़ के कढ़ाई के थोड़े जी घ्यो पा के तल लेंगे वो देसी घ्यो तो फ्लेवर आ जाता ना स्वाद लगती है। तो मिलने चटनी बना के आओ भी मित्रों चटनी तैयार है, हम अपने तड़क लेना ये तड़कदानी च देसी घ्यो पा के की मम्मी एक मिनट
ਚਟਨੀ ਨੂੰ ਤੜਕਾ ਲਾਉਂਦੀ ਪਈ ਮੰਮੀ ਮੈਂ ਤੇਲ ਦੂਜਾ ਪਾਇਆ ਵਾ थोड़े दिनों नूं असीं जा रहे हां पिंड ते पिंड जाके मम्मी नूं घुमाना फिराना मम्मी नूं रिश्तेदारी च मिलाउणा जाना जाना मासी मिल जावांगे मम्मी दी मासी दा हुणे फोन आया सीगा ते बुद्धी आ गई मासी मेरी रे पहला हवा हुंदे हुण नानी वर्गे लगदे ने हां तारा दी मासी बाबा मोटी आ ਉਹਨਾਂ ਨੂੰ ਵੀ ਮਿਲ ਕੇ ਆਉਂਗੇ ਉਹਨਾਂ ਨੂੰ ਵੀ ਨਹੀਂ ਮਿਲਿਆ ਗਿਆ ਆਪਣੇ ਤੋਂ ਹਾਂ ਉਹਨਾਂ ਦਾ ਤੂੰ ਆ ਗਿਆ ਤੂੰ ਆ ਗਿਆ ਠੀਕ ਆ ਵਿਆਹ ਤੇ ਮੈਨੂੰ ਚੇਤਾ ਭੁੱਲ ਗਿਆ ਸੀਗਾ ਮੈਂ ਤੂੰ ਐ ਮਾਤੀ ਨੂੰ ਨਹੀਂ ਕਰਾ ਦਿੱਤਾ ਉਹ ਤਾਰੇ ਦੀ ਮਾਤੀ ਨੂੰ ਨਹੀਂ ਕਰਾ ਦਿੱਤਾ ਉਹ ਮੇਰੇ ਤੋਂ ਭਲੇਖੇ ਨਾਲ ਸਾਰੇ ਰਹਿ ਹੀ ਗਏ ਨੇ ਤੇ ਮੈਂ ਜ਼ਰੂਰ ਸੱਦਨੇ ਸੀਗੇ ਮੇਰੇ ਤੋਂ ਗਲਤੀ ਨਾਲ ਰਹਿ ਗਏ ਸਾਰੇ ਪਰ ਮੈਨੂੰ ਪਤਾ ਮਾਸੀ ਨਾਲ ਨੇ ਗੁੱਸਾ ਨਹੀਂ ਕੀਤਾ ਹੋਣਾ ਉਹਨਾਂ ਨੂੰ ਪਤਾ ਸੀ ਕਿ ਮੇਰੇ ਤੇ ਜ਼ਿੰਮੇਵਾਰੀ ਹੈਗੀ ਸਾਰੀ ਉਹਨਾਂ ਨੇ ਗੁੱਸਾ ਨਹੀਂ ਕੀਤਾ ਹੋਣਾ मैं तो सुके आटे दे विच ला ला के पूड़ियां कढ लैणियां वा मेरे तो ओह दूसरी तरह नहीं निकलदी वी तेल दे नाल ओह वेल के तेल दे नाल मतलब तेल ला के पेड़े ते तवील लो हैना मैं इदां ही वेल लैणा मोटी मोटी पेड़े कीते इसी वी इदां निकल जाने ठीक आ थोड़ियां वेल के रख लियां वा देखिए आटा गर्म हो गया कि नहीं यस आटा रेडी आ हो गया मासी के कुड़िया खा रही है और वड्डी जा रही है इन्हें दो कुड़िया मासी की कुड़ी कुड़ी हाँ मम्मी मुंडा जी का क्या रे है गया मां जी मुंडा है गा सत मामा ओ है गा रे अम्मा मासी की कुड़ी एक मासी ने फौजी मासर ना ब्याही है ¿Qué podría ser a mí?